ਸਨਮਾਨ ਦਿੱਤਾ ਜਾਣਾ ਉੱਥੇ। ਫਿਲਮੀ ਅਦਾਕਾਰ ਮੇਰੀ ਬਰਾਤ ਕਰਨਜੀਤ ਅਨਮੋਲ ਜੀ ਪਹੁੰਚ ਚੁੱਕੇ ਨੇ ਜੀ, ਜ਼ੋਰਦਾਰ ਤਾੜੀਆਂ। ਔਰ ਨਾਲ ਮਨਪੀਰ ਮੰਨੂ ਜੀ, ਸਿਮਰਜੀਤ ਕੌਰ ਜੀ, ਸ਼ਮਸ਼ੇਰ ਸੰਧੂ ਸਾਹਿਬ, ਅੰਤਰਰਾਸ਼ਟਰੀ ਗੀਤਕਾਰ ਕਮਲ ਖਹਿਰਾ, ਸਿਮਰਜੀਤ ਕੌਰ ਜੀ, ਪੰਕਜ ਸ਼ਰਮਾ ਜੀ। ਸੋ ਇਹਨਾਂ ਸਾਰੀਆਂ ਸਨਮਾਨਿਤ ਸ਼ਖਸੀਅਤਾਂ ਦਾ ਧੰਨਵਾਦ ਬਹੁਤ ਬਹੁਤ ਜੀ ਆਇਆਂ ਆਖਦੇ ਹਾਂ ਜੀ। ਮਾਲਵਾ ਸੱਭਿਆਚਾਰਕ ਮੰਚ ਵੱਲੋਂ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਜੀ। ਦਰਸ਼ਨ ਤਾਂ ਦੂਰੋਂ ਹੀ ਹੋ ਰਹੇ ਨੇ, ਨੇੜੇ ਜਾਣ ਦੀ ਲੋੜ ਹੀ ਨਹੀਂ ਹੈ। ਦੂਰੋਂ ਦੇਖੋ ਉਹਨਾਂ ਦਾ ਕੱਦ, ਦੇਖੋ ਪੰਜਾਬ ਦਾ। ਲੋਹੜੀ ਮੇਲੇ ਮਨਾਏ ਜਾਣ, ਬਾਬਾ ਜੀ ਦਾ ਬਹੁਤ ਯਤਨ ਆ, ਹਰ ਸਾਲ ਬੜਾ ਹੁੰਮ ਹੁਮਾ ਕੇ ਮਨਾਉਂਦੇ ਆ। ਆਹ ਆਪਣੇ ਆਪ 'ਚ ਇਤਿਹਾਸਿਕ ਥਾਂ ਜਿੱਥੇ ਮੋਹਨ ਸਿੰਘ ਮੇਲਾ ਕਈ ਦਹਾਕੇ ਲੱਗਦਾ ਰਿਹਾ, ਬਾਬਾ ਜੀ ਜੋ ਮਸ਼ਾਲ ਬਲ ਦੀ ਰੱਖ ਰਹੇ ਆ, ਬਹੁਤ ਹੀ ਖੁਸ਼ੀ ਦੀ ਤੇ ਬਹੁਤ ਵਧੀਆ ਗੱਲ। ਸੰਸਾਰ ਕਿਵੇਂ ਵਧੇਗਾ। ਸੋ ਇਨਸਾਨੀਅਤ ਦਾ ਹੋਣਾ ਬਹੁਤ ਜ਼ਰੂਰੀ ਹੈ, ਜੋ ਇਹਨਾਂ ਦੇ ਵਿੱਚ ਕਹਿੰਦੇ ਮਨੁੱਖਤਾ ਦਾ ਹਰ ਘਰ ਜੰਮਦੀ ਹੈ, ਇਨਸਾਨ ਕਿੱਥੇ ਜੰਮਦਾ। ਸੋ ਬਾਬਾ ਜੀ ਨੇ ਜੋ ਇਸ ਇਨਸਾਨੀਅਤ ਦਿਖਾਈ ਧੀਆਂ ਦੇ ਪ੍ਰਤੀ। ਸੋ ਬਾਬਾ ਨਾਨਕ ਦਾ ਫਰਮਾਨ ਹੈ ਕਿ ਸੋ ਕਿਆ ਮੰਦਾ ਆਖੀਏ ਜਿੱਤ ਜੰਮੇ ਰਜ਼ਾਨ। ਸੋ ਬਾਬੇ ਨਾਨਕ ਦੇ ਉਪਦੇਸ਼ 'ਤੇ ਪਹਿਰਾ ਦਿੰਦੇ ਆ, ਮੈਨੂੰ ਦਿਲੋਂ ਬਹੁਤ ਖੁਸ਼ੀ ਹੈ। ਮੈਂ ਬਹੁਤ ਵਧਾਈ ਦਿੰਦੀ ਹਾਂ ਮਾਲਵਾ ਸੱਭਿਆਚਾਰਕ ਮੰਚ ਨੂੰ। ਸਭ ਤੋਂ ਪਹਿਲਾਂ ਤਾਂ ਮਾਲਵਾ ਸੱਭਿਆਚਾਰਕ ਮੰਚ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਮੇਰੇ ਵਰਗੇ ਨੂੰ, ਨਿਮਾਣੇ ਜੀ ਨੂੰ ਇੰਨਾ ਮਾਣ ਬਖਸ਼ਿਆ। ਔਰ ਧੀਆਂ ਦੀ ਲੋਹੜੀ ਹੈ, ਹਰ ਇੱਕ ਬੰਦਾ ਪੁੱਤਾਂ ਦੀ ਸੁੱਖ ਮੰਗਦਾ, ਕਹਿੰਦੇ ਪੁੱਤਾਂ ਨੂੰ ਆਖੇ ਜੀਣ ਜੋਗ ਰਹੇ, ਧੀ ਨੂੰ ਆਖਦਾ ਸਦਾ ਮਰ ਜਾਣੀ, ਧੀਆਂ ਮਿਹਣ ਖੂਨ ਹੱਸ ਕੇ ਪੁੱਤ ਰੋ ਕੇ ਫੜਾਉਂਦੇ ਪਾਣੀ। ਸੋ ਦੋ ਲਾਈਨਾਂ, ਇੱਕ ਬਹੁਤ ਕਮਾਲ ਦਾ ਗੀਤ ਹੈ ਚਾਦਰ, ਜਿਹੜਾ ਮਾਨਕ ਸਾਹਿਬ ਗਾਇਆ ਕਰਦੇ ਸੀ ਉਹਨਾਂ ਦੇ ਗੀਤ ਹੈ। ਦੋ ਲਾਈਨਾਂ ਮੈਂ ਉਹਦੀਆਂ ਜ਼ਰੂਰ ਸੁਣਾਉਂਦਾ, ਥੋੜ੍ਹੀ ਪੇਸ਼ੈਂਸ ਰੱਖੋ। ਵਿੱਚ ਪੱਕੀ ਵਿੱਚ ਠੋਕੀ ਧੜਕਾਂ ਪੱਕੀਆਂ, ਅੱਗ ਦੇ ਬਾਂਬਣ ਵਰਗੀਆਂ ਧੀਆਂ, ਨੀਂਦੋਂ ਸਾਂਭ ਫੁੱਕਣ ਵਿੱਚ ਰੱਖੀਆਂ, ਗਿਣਵੇਂ ਬਿਨਾ ਦੀਆਂ ਸਾਂਝਾ ਬਾਤ, ਅਸੀਂ ਸਿੱਟਕਾਂ ਨਾਲ ਹੰਡਾਈਆਂ, ਕੂੰਜਾ ਵਾਂਗ ਪਰਾਉਣੀਆਂ ਧੀਆਂ, ਵੇ ਤੇਰੇ ਵੇੜੇ
ਬੱਚਿਆਂ ਦੇ ਲੋਹੜੀ ਮੇਲੇ ਤੇ ਤੁਹਾਨੂੰ ਲੋਕ ਲੱਖ ਲੱਖ ਮੁਬਾਰਕਾਂ। ਸਾਡੇ ਕ੍ਰਿਸ਼ਨ ਕੁਮਾਰ ਬਾਵਾ ਜੀ, ਸਾਡੇ ਚੇਅਰਮੈਨ ਸਾਹਿਬ, ਸਾਡੇ ਲਵਲੀ ਜੀ ਪ੍ਰਧਾਨ ਸਾਹਿਬ, ਤੂਰ ਸਾਹਿਬ, ਇਹ ਰਲ ਮਿਲ ਕੇ ਮੇਲਾ ਕਰਾਉਂਦੇ ਆ। ਇੱਥੇ ਸਿਆਸੀ ਸੱਜਣ ਵੀ ਆਉਂਦੇ ਆ ਅਤੇ ਪਰਿਵਾਰਕ ਸੱਜਣ ਵੀ ਆਉਂਦੇ ਆ। ਸਮਾਜਿਕ ਤੌਰ 'ਤੇ ਲੋਹੜੀ ਮੇਲਾ ਮਨਾਇਆ ਜਾਂਦਾ। ਇਹ ਕੁੜੀਆਂ ਦਾ ਜਿਹੜਾ ਲੋਹੜੀ ਮੇਲਾ ਨਾ, ਇਹ ਇੱਥੇ ਤੱਕ ਨਹੀਂ, ਪੰਜਾਬ ਲੈਵਲ ਤੱਕ ਨਹੀਂ, ਮੇਰੇ ਖਿਆਲ ਵੀ ਹੁਣ ਭਾਰਤ ਲੈਵਲ 'ਤੇ ਮਨਾਇਆ ਜਾਂਦਾ। ਸੋ ਗੱਲ ਹੈ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਗੱਲ ਕਹਿੰਦੇ ਵੀ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ। ਮੈਂ ਵੀ ਇਸ ਸੰਘਰਸ਼ ਦੇ ਵਿੱਚ ਲੱਗਿਆ 30-35 ਸਾਲ ਤੋਂ, ਮਾਵਾਂ ਅਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨਹੀਂ। ਪਹਿਲਾਂ ਮੈਂ ਗੀਤ ਗਾਇਆ ਸੀ ਵੀ ਆਉਣ ਪੇਕੇ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਾਸਤੇ। ਅੱਜ ਮੈਂ ਜਿਹੜਾ ਗੀਤ ਕਿਹਾ ਵੀ ਪੁੱਤਾਂ ਤਾਂ ਹੀ ਜਿਉਣ ਜੋਗੇ, ਕਹਿਣ ਵਾਲੇ ਹੋ ਕਦੇ ਧੀਆਂ ਨੂੰ ਵੀ ਕਿਹਾ ਕਰੇ ਜਿਉਣ ਜੋਗੀਆਂ। ਸੋ ਦੋਸਤੋ, ਸਾਰੇ ਦੋਸਤਾਂ ਨੂੰ ਬੇਨਤੀ ਆ ਵੀ ਕੁੜੀਆਂ ਦੀ ਵੀ ਲੋਹੜੀ ਮਨਾਇਆ ਕਰੋ। ਵੀ ਇੱਕ ਧੀ ਹੋਵੇ, ਇੱਕ ਪੁੱਤ ਹੋਵੇ, ਇੱਕ ਹੋਵੇ ਸਲੱਖਣੀ ਨਾਰ ਮਾਲਕਾ, ਕਦੇ ਨਾ ਖੋਮੀ ਹੁੰਦੀ ਮਾਪਿਆਂ ਨਾਲ ਬਾਹਰ। ਧੀਆਂ ਜੀਆਂ ਬਹਾਰਾਂ ਨਹੀਂ ਬਾਈ, ਕਹਿੰਦੇ ਸਾਡੀ ਲੋਕ ਬੋਲੀ ਆ ਬਈ, ਪੁੱਤ ਵੰਡਾਉਣ ਜ਼ਮੀਨਾਂ 'ਤੇ ਧੀਆਂ ਦੁੱਖ ਵੰਡਾਉਂਦੀਆਂ ਨੇ। ਇਹ ਧੀਆਂ ਹਮੇਸ਼ਾ ਨਦੀਆਂ ਚੀਰ ਕੇ ਮਾਂ ਬਾਪ ਦੇ ਦੁੱਖ ਵਿੱਚ ਹਾਜ਼ਰ ਹੋ ਜਾਂਦੀਆਂ। ਮੈਂ ਇਹੀ ਕਹੂੰਗਾ, ਕੁੜੀਆਂ ਦੇ ਲੋਹੜੀ ਮੇਲੇ ਮਨਾਓ, ਕੁੜੀਆਂ ਨੂੰ ਪੂਰਾ ਮਾਣ ਸਤਿਕਾਰ ਦਿਓ।